वाह 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 कंग साहब सत श्रीकाल पहला तो बहुत 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 ही खलूसो अदब के नाल पंजाबी बीट से प्रोग्राम आर्टिस्ट ऑफ द वीक सैगमेंट चाहे तड़ी खास वेलकम करता हाँ सत श्रीकाल सत श्रीकाल जी सत श्रीकाल बहुत बहुत सत श्रीकाल जिन्हें भी थोड़े लिसनर आ उन्होंने सारे जिते जिते भी थोड़ा प्रोग्राम जाता सारे मेरे इस कंग बोलो बहुत बहुत प्यार भाई सत श्रीकाल जी कंग साहब बहुत देर हो गई थोड़ी आवाज़ सुनिया मेरे इतने कैलगरी के नाल नाल टोरोंटो वैनकूवर पूरे कैनेडा भर जिथे आवाज़ सुनी जा रही बहुत आडे चाहन वाले तो बहुत देर तो इंतजार भी सी कि कंग साहब की आवाज़ सुननी है बहुत लिसनर की फरमाइश भी सी सो सब तो पहला तो असी शुरुआत करते हैं 70s के बहुत छोटी उम्र के इंग्लैंड आए उदो मिलता सब तो पहला भुचंगी ग्रुप हों उस तो बाद फिर कंग साहब बहुत ज़्यादा तुम फेमस हो बहुत सारी शोहरत यह स्टार्टिंग जी चिणक कदों लग ਕੀ ਫਿਰ ਸੰਗੀਤ ਦੀ ਉਦੋਂ ਪਹਿਲਾਂ ਕਿਤੇ ਸਿੱਖਿਆ ਕਿ ਜਾਂ ਇੰਗਲੈਂਡ ਕਿਸੇ ਨੂੰ ਦੇਖ ਕੇ ਇਹ ਪ੍ਰੇਰਿਤ ਹੋਏ ਮੈਂ ਜਦੋਂ ਇੰਗਲੈਂਡ ਅਸੀਂ ਆਏ ਨਾ ਉਸ ਵੇਲੇ ਇੱਥੇ ਕੁਝ ਵੀ ਹੈ ਨਹੀਂ ਸੀਗਾ ਕੋਈ 뮤직 ਦੀ ਸ਼ੌਪ ਨਾ ਸੀ ਕੋਈ ਆਰਟਿਸਟ ਨਾ ਸੀਗਾ ਕੋਈ ਮਤਲਬ ਕੁਝ ਵੀ ਨਹੀਂ ਸੀਗਾ ਸਿੱਖਣਾ ਕਿਹਦੇ ਕੋਲੋਂ ਸੀਗਾ ਜੀ 69 ਦੇ ਵਿੱਚ ਅਸੀਂ ਇੱਥੇ 65 ਵਿੱਚ ਆਇਆ ਤੇ ਹੌਲੀ 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 ਥੋੜਾ ਜਿਹਾ ਮਤਲਬ ਮਿਊਜ਼ਿਕ ਵੱਲ ਨੂੰ ਲੋਕੀ ਜਿਹੜੇ ਯੰਗਸਟਰ ਸੀਗੇ ਤੁਰਨ ਲੱਗੇ 69 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਗੁਰਪੁਰਬ ਸੀ ਤੇ ਇੱਥੇ ਬਹੁਤ ਸਾਰਾ ਬਹੁਤ ਵੱਡਾ ਨਗਰ ਕੀਰਤਨ ਹੋਇਆ ਤੇ ਉਸਦੇ ਵਿੱਚ ਪ੍ਰੋਗਰਾਮ ਕੀਤਾ ਤੇ ਅਸੀਂ ਵੀ ਦੇਖਣ ਗਏ ਸੀ ਉਦੋਂ ਗਾਉਣ ਗੂਣ ਦਾ ਤਾਂ ਪਤਾ ਨਹੀਂ ਸੀਗਾ ਉੱਥੇ ਗਿਆਨ ਸਿੰਘ ਸੁਰਜੀਤ ਸੀ ਉਹਨਾਂ ਨੇ ਇੱਕ ਗੀਤ ਗਾਇਆ ਸੀ ਬਹੁਤ ਵਧੀਆ ਉਹਨੂੰ ਦੇਖ ਕੇ ਮੇਰਾ ਦਿਲ ਕੀਤਾ ਮੈਂ ਕਿਹਾ ਮੈਂ ਵੀ ਕੋਈ ਗੀਤ ਲਿਖਾ ਜਾ ਤੇ ਫਿਰ ਮੈਂ ਸੁਣ ਸੁਣ ਮੇਰੇ ਦਿਮਾਗ ਆਏ ਤੇ ਫਿਰ ਮੈਂ ਇੱਕ ਗੀਤ ਲਿਖਿਆ ਸਭ ਤੋਂ ਪਹਿਲਾਂ ਮੈਂ ਰਿਕਾਰਡ ਕਰਾਇਆ ਤੇਰਿਆ ਗੁਲਾਬੀ ਜਹਾਨ ਝੂਰਦਾ ਦੇ ਕੇ ਤੈਨੂੰ ਸਭ ਤੋਂ ਪਹਿਲਾਂ ਗੀਤ ਲਿਖਿਆ ਹਾਂਜੀ अच्छा फिर उतों उस टाइम के उपर जो रिकॉर्डिंग किदा होंगी सी क्योंकि बड़ा इंट्रस्टिंग वो भी जमाना सी लाइव रिकॉर्डिंग होनी तो फिर कभी कभी इंडिया भी अप्रोच करते मैं लगता उदो शायद HMV इस्टैबलिश हो चुकी सी ते इंग्लैंड तो बाद फिर तुसी बहुत सारिया रिकॉर्डिंग्स उत्थे इंडिया दे विच भी जाके करवाइया सो पहला तो यह दसो कि इंग्लैंड दे विच किहड़े किहड़े इदां दे गीत फेमस होए तो उत्थे किदा रिकॉर्डिंग दे सबब बने ਇੱਥੇ ਨਾ ਹੌਲੀ ਹੌਲੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਤੇ ਮੁੰਡਾ ਸਾਡਾ ਤਬਲਾ ਪਜਾਉਂਦਾ ਹੁੰਦਾ ਸੀ ਤੇ ਉਹ ਕਹਿੰਦਾ ਵੀ ਇੰਡੀਆ ਤੋਂ ਕੋਈ ਬੰਦਾ ਆਇਆ ਬਹੁਤ ਅੱਛਾ ਮਿਊਜ਼ੀਸ਼ੀਅਨ ਆ ਤੇ ਜੇ ਹੋ ਸਕੇ ਤਾਂ ਆਪਾਂ ਕੋਈ ਗੀਤ ਰਿਕਾਰਡ ਕਰਾਈਏ ਕਿਉਂਕਿ ਉਸ ਵੇਲੇ ਇੱਥੇ ਕੋਈ ਮਿਊਜ਼ੀਸ਼ੀਅਨ ਹੁੰਦੇ ਨਾ ਸੀ ਤੇ ਅਸੀਂ ਉਹਨੂੰ ਬੜੀ ਔਖੇ ਹੋ ਕੇ ਟੋਲਿਆ ਤੇ ਟੋਲ ਕੇ ਫਿਰ ਸਭ ਤੋਂ ਪਹਿਲਾਂ ਰਿਕਾਰਡਿੰਗ ਇੱਥੇ ਕਰਾਈ ਸੀ ਤੇ ਉਹ ਪਹਿਲਾਂ ਗੀਤ ਬਾਬੇ ਦੇ ਦਿਲਾਣਾ ਬਹੁਤ ਚੱਲ ਗਿਆ ਲੁੱਟ ਕੇ ਲੈ ਗਈ ਲੁੱਟ ਕੇ ਲੈ ਗਈ ਹਾਂ 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 ਬਿਲਕੁਲ 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 ਹਾਂਜੀ ਤੇ ਉਹਦੇ ਵਿੱਚ 4 ਗੀਤ ਸੀ ਉਹ EP ਸੀਗਾ ਉਹਦੇ ਵਿੱਚ ਇੱਕ ਲੁੱਟ ਕੇ ਲੈ ਗਏ ਸੀ ਤੇ ਇੱਕ ਸੀਗਾ ਇੱਥੋਂ ਉੱਡ ਜਾ ਭੋਲਿਆ ਪੰਛੀ ਆਵੇ ਤੂੰ ਆਪਣੀ ਜਾਨ ਬਚਾ ਜੀ ਜੀ ਨੰਦ ਲਾਲ ਲੋਪੁਰੀ ਜੀ ਦਾ ਲਿਖਿਆ ਹੋਇਆ ਗੀਤ ਸੀ ਤੇ 2 ਗੀਤ ਹੋਰ ਸੀ ਤੇ ਉਸ ਤੋਂ ਬਾਅਦ ਫਿਰ ਇੱਕ EP ਹੋਰ ਵੀ ਕੀਤਾ ਉਹਦੇ ਵਿੱਚ 2 ਗੀਤ ਬਹੁਤ ਚੱਲੇ ਸੀ ਇੱਕ ਸੁਣੇ ਰਹਿਣਗੇ ਚਵਾਰੇ ਤੇਰੇ ਕਪੂਤਰਾਂ ਨੂੰ ਤਰਸੇਗਾ ਹਾਂਜੀ ਹਾਂਜੀ ਤੇ ਇੱਕ ਵੀ ਉਹਦੇ ਵਿੱਚ ਤੂੰ ਨਾ ਕਰ ਮਨ ਮਤੀਆਂ ਬੰਦੇ ਆਖਰ ਪੋ ਪਛਤਾਉਣਾ ਤੇ ਇਹ ਗੀਤ ਜਦੋਂ ਕੀਤੇ ਤੇ ਫਿਰ ਇੱਕ LP ਬਣਾਇਆ LP ਵੀ ਬਣਾਇਆ ਤੇ ਫਿਰ ਅਸੀਂ ਕਿਹਾ ਵੀ ਇੱਥੇ ਮਿਊਜ਼ਿਕ ਦੀ ਥੋੜ੍ਹੀ ਪ੍ਰੋਬਲਮ ਹੈ ਪਰ ਮੁੰਡੇ ਬਾਹਲੇ ਵਧੇ ਨੇ ਵੀ ਇੰਡੀਆ ਜਾ ਕੇ ਰਿਕਾਰਡਿੰਗ ਕਰਾਉਂਦੇ ਹਾਂ ਜੀ ਅਸੀਂ ਇੰਡੀਆ ਫੋਨ ਕਰਦੇ ਰਹੇ ਜੋ ਫਿਰ ਕਲਕੱਤੇ ਉਹਨਾਂ ਦਾ ਹੈਡ ਆਫਿਸ ਸੀ ਤੇ ਉੱਥੇ ਫੋਨ ਮਿਲ ਗਿਆ ਤੇ ਉਹ ਕਹਿੰਦੇ ਤੁਸੀਂ ਆ ਜਾਓ ਤੁਹਾਨੂੰ ਸੁਣ ਲੈਂਦੇ ਹਾਂ ਜੇ ਸਾਡੇ ਪਸੰਦ ਹੋਇਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੇ ਪੈਸੇ ਖਰਚ ਕੇ ਤੇ ਰਿਕਾਰਡਿੰਗ ਕਰਾ ਕੇ ਲੈ ਜਾਓ ਅੱਛਾ ਜੀ ਜੀ ਤੇ ਅਸੀਂ ਚਲ ਗਏ ਤੇ ਮੈਂ ਮੁੰਡਾ ਮੇਰਾ ਦੋਸਤ ਸੀਗਾ ਅੱਜ ਕੱਲ੍ਹ ਵੈਨਕੂਵਰ ਦਾ ਡਾਕਟਰ ਆ ਤੇ ਅਸੀਂ ਦੋਨੋਂ ਚਲ ਗਏ ਜਦੋਂ ਉੱਥੇ ਗਏ ਉਹਨਾਂ ਸੁਣਿਆ ਤਾਣਿਆ ਤਾਂ ਉਦੋਂ ਪਤਾ ਮੈਨੇਜਰ ਮੈਨੂੰ ਅੰਦਰ ਲੈ ਗਿਆ ਕਹਿੰਦਾ ਸਾਨੂੰ ਕੋਈ ਪਤਾ ਖਰਚ ਦੀ ਲੋੜ ਨੀ ਅਸੀਂ ਸਾਰਾ ਕੁਝ ਕਰਦੇ ਹਾਂ ਤੇ ਅਸੀਂ ਰਿਪੋਰਟਿੰਗ ਕਰਦੇ ਫਿਰ ਇੱਥੇ ਉਹ ਪਹਿਲਾਂ LP ਆ ਕੇ ਤਿਆਰ ਨਹੀਂ ਕੀਤਾ ਸੀ ਉੱਥੇ ਅੱਛਾ ਉਹ ਮੈਨੂੰ ਲੱਗਦਾ ਐਸ ਮਹਿੰਦਰ ਹੁਣਾਂ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਉਹ ਸਟਾਰਟਿੰਗ ਦੇ ਵਿੱਚ ਉਹ ਵੀ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਨਾ ਐਸ ਮਹਿੰਦਰ ਸੀਗਾ ਤੇ
इंग्लैंड काम नहीं होया बहुत सारे दो गाने उदो फेमस हुए जिन्हें भी सोलो ट्रैक किए फिर आप के एस नरूला साहब तो उन्होंने बहुत वधिया वधिया गीत गिद्दियां दियां राणियां जदों वो आई जंडू लित्रा वाला होना दा लिखा होया तो उस गीत ने तो मैं लगता पूरे वर्ल्ड वाइड जिथे जिथे भी वह कैसेट तो पहला दूसरे एल पी होंगे सी रिकॉर्ड और जिथे जिथे भी गए तो ए एस कंग का नाम सीधे तौर पर फिर उस गीत दे नाल जुड़ गया जो मैं गलत नहीं है कंग साहब ਭਾਜੀ ਕਹਿੰਦੇ ਨਾ ਕੁਦਰਤੀ ਪਰਮਾਤਮਾ ਹੁੰਦਾ ਆਮ ਤੌਰ ਤੇ ਤੁਸੀਂ ਕੋਈ ਐਲ ਪੀ ਵਗੈਰਾ ਐਲ ਪੀ ਵਿੱਚ 10-12 ਗੀਤ ਹੁੰਦੇ ਆ ਜੀ ਤੇ ਉਹਦੇ ਵਿੱਚੋਂ ਇੱਕ ਜਾਂ ਦੋ ਵਧੀਆ ਹੋ ਜਾਣ ਚੱਲ ਜਾਣ ਤੇ ਐਲ ਪੀ ਪਾਪੂਲਰ ਹੋ ਜਾਂਦਾ ਇਹ ਜਿਹੜਾ ਐਲ ਪੀ ਅਸੀਂ ਕੀਤਾ ਸੀ ਕਿਤੇ ਰਣੀਆਂ ਦੇ ਵਿੱਚ ਕੁਦਰਤੀ ਤੌਰ ਤੇ ਪਰਮਾਤਮਾ ਦੀ ਮਿਹਰ ਨਾਲ ਸਾਰੇ ਗੀਤ ਇੱਕ ਤੋਂ ਇੱਕ ਚੜ੍ਹਦਾ ਹੋਵੇ ਜਿਸ ਤਰ੍ਹਾਂ ਗਿੱਧਿਆ ਰਾਣੀ ਤੇ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜ਼ਿੰਦਗੀ ਜ਼ਿੰਦਗੀ ਮੁੱਕ ਜਾਂਦੀ ਗਿੱਧਿਆਂ ਦੀ ਰਾਣੀ ਐ ਨੀ ਗਿੱਧੇ ਵਿੱਚ ਆ ਗਿੱਧੇ ਵਿੱਚ ਆ ਕੇ ਸਾਨੂੰ ਨੱਚ ਕੇ ਦਿਖਾ ਨੱਚ ਕੇ ਦਿਖਾਣੀ ਜਾਂ ਨਕਰੇ ਚ ਗਾ ਗਿੱਧਿਆਂ ਦੀ ਰਾਣੀ ਐ ਨੀ ਗਿੱਧੇ ਵਿੱਚ ਆ ਗਿੱਧਿਆਂ ਦੀ ਰਾਣੀ ਐ ਨੀ ਗਿੱਧੇ ਵਿੱਚ ਆ ਵਾਹ ਵਾਹ ਕਿਆ ਬਾਤ ਹੈ ਕੰਗ ਸਾਹਿਬ ਅੱਛਾ ਉਮਰ ਉਮਰ ਤਾਂ ਅਸੀਂ ਅਕਸਰ ਹੀ ਕਹਿ ਦਿੰਦੇ ਹੁੰਦੇ ਮੈਨੂੰ ਨਾ ਕੁਝ ਇੱਕ ਸਰੋਤੇ ਕੱਲ੍ਹ ਦੇ ਫੋਨ ਵੀ ਕਰ ਰਹੇ ਸੀ ਮੇਰੇ ਪਰਸਨਲ ਫੋਨ 'ਤੇ ਵੀ ਮੈਸੇਜ ਆਏ ਕਹਿੰਦੇ ਕੰਗ ਸਾਹਿਬ ਦੀ ਉਮਰ ਮੈਂ ਕਿਹਾ ਯਾਰ ਗੱਲ ਉਮਰ ਦੀ ਨਹੀਂ ਹੁੰਦੀ ਉਮਰ ਦੀ ਗੱਲ ਨਹੀਂ ਹੁੰਦੀ ਆਰਟਿਸਟ ਜਿਹੜਾ ਨਾ ਉਹਦੇ ਅੰਦਰ ਕਲਾ ਕਦੇ ਵੀ ਬੁੱਢੀ ਨਹੀਂ ਹੁੰਦੀ ਹੁਣ ਤੁਸੀਂ ਹਜੇ ਵੀ ਮੈਨੂੰ ਲੱਗਦਾ ਕਿ ਉੱਥੇ ਵਿਆਹਾਂ ਦੇ ਉੱਪਰ ਗਾਉਂਦੇ ਹੋ ਜਾਂਦੇ ਹੋ ਅਤੇ ਹੁਣ ਤੁਹਾਡੀ ਆਵਾਜ਼ ਅਸੀਂ ਸੁਣ ਹੀ ਲਈ ਹੈ ਆਵਾਜ਼ ਦੇ ਵਿੱਚ ਜਿਹੜੀ ਮੜਕ ਵਾ ਉਹ ਤਾਂ ਖੈਰ ਉੱਦਾਂ ਦੀ ਹੈਗੀ ਆ ਤੁਸੀਂ ਬਹੁਤ ਸਾਰੇ ਹੈ ਨਾ ਬਹੁਤ ਸਾਰੇ ਆਰਟਿਸਟ ਇੱਦਾਂ ਦੇ ਹੁੰਦੇ ਨੇ ਉਮਰ ਦੇ ਹਿਸਾਬ ਨਾਲ ਚਲੋ ਆਵਾਜ਼ ਕਿਤੇ ਨਾ ਕਿਤੇ ਢਲਦੀ ਵੀ ਆ ਅਤੇ ਰੰਗਿਆ ਕਿਉਂਕਿ ਉਹਦੀ ਮਿਹਰ ਆ ਜੀ ਕਈਆਂ ਦੀ ਆਵਾਜ਼ ਪਹਿਲਾਂ ਵੀ ਖਰਾਬ ਹੋ ਜਾਂਦੀ ਕਈਆਂ ਦੇ ਐਂਡ ਤਾਂ ਤਕਰੀਬਨ ਠੀਕ ਰਹਿੰਦੀ ਹੈ ਇਹ ਤਾਂ ਪਰਮਾਤਮਾ ਦਾ ਹੱਥ ਜੋੜ ਗਿਆ ਜੀ ਮੈਂ ਜੀ ਔਰ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੰਗ ਸਾਹਿਬ ਨੇ ਜਿੰਨਾ ਵੀ ਗਾਇਆ 40-50 ਸਾਲ ਦਾ ਜਿੰਨਾ ਵੀ ਸਫ਼ਰ ਰਿਹਾ ਉਹਦੇ ਵਿੱਚ ਕਦੀ ਵੀ ਸੀ ਡੀ ਲਾ ਕੇ ਨਹੀਂ ਗਾਈ ਇਹ ਖਾਸੀਅਤ ਰਹੀ ਆ ਔਰ ਹਮੇਸ਼ਾ ਲਾਈਵ ਰਿਕਾਰਡਿੰਗਸ ਕੀਤੀਆਂ ਔਰ ਇੰਗਲੈਂਡ ਤੋਂ ਲੈ ਕੇ ਕੈਨੇਡਾ ਦੇ ਵਿੱਚ ਜਿੰਨੇ ਵੀ ਸ਼ੋਅ ਹੋਏ ਬਾਹਰਲੇ ਮੁਲਕਾਂ 'ਚ ਜਿੰਨੇ ਵੀ ਸ਼ੋਅ ਹੋਏ ਸਾਰੇ ਲਾਈਵ ਸ਼ੋਅ ਹੋਏ ਔਰ ਕੰਗ ਸਾਹਿਬ ਦੇ ਬਾਰੇ ਇੱਕ ਇਹ ਵੀ ਗੱਲ ਮਸ਼ਹੂਰ ਹੈ ਕਿ ਜਦੋਂ ਲਾਈਵ ਗਾਉਂਦੇ ਉਦੋਂ ਜ਼ਿਆਦਾ ਵਧੀਆ ਆਵਾਜ਼ ਇਹਨਾਂ ਦੀ ਲੱਗਦੀ ਆ ਸੋ ਇਹ ਜਿੱਦਾਂ ਜੀ ਜੀ ਅਤੇ ਕੰਗ ਸਾਹਿਬ ਹਾਂਜੀ ਔਰ ਇਹ ਪਰਮਾਤਮਾ ਦੀ ਦੇਣ ਜਿੱਦਾਂ ਕੰਗ ਸਾਹਿਬ ਕਹਿੰਦੇ ਕਿ ਗਲੇ 'ਤੇ ਤਾਂ ਪਰਮਾਤਮਾ ਦੀ ਮਿਹਰ ਹੁੰਦੀ ਆ ਅੱਛਾ ਕੰਗ ਸਾਹਿਬ ਤੁਹਾਡੇ ਨਾਲ ਤੁਹਾਡੇ ਬਹੁਤ ਮਜ਼ੇਦਾਰ ਚੀਜ਼ਾਂ ਵੀ ਜੁੜੀਆਂ ਰਹੀਆਂ ਖਾਸ ਕਰਕੇ ਗੀਤਾਂ ਨੂੰ ਲੈ ਕੇ ਤੁਹਾਡੇ ਗੀਤ ਬਹੁਤ ਸਾਰੇ ਬਾਅਦ 'ਚੋਂ ਜਿਹੜੇ 80s ਦੇ ਵਿੱਚ ਆਰਟਿਸਟ ਆਏ ਹੰਸਰਾਜ ਹੰਸ ਉਹਨਾਂ ਨੇ ਗਾਏ ਮਾਨਕੀ ਨੇ ਗਾਏ ਇੰਗਲੈਂਡ ਦੇ ਕੁਝ ਇੱਕ ਹੋਰ ਸਿੰਗਰ ਆਏ ਉਹਨਾਂ ਨੇ ਰੀਮਿਕਸ ਕਰਕੇ ਗਾਏ ਅੱਛਾ ਇਹ ਗੀਤ ਅਜੇ ਵੀ ਚੱਲਦੇ ਜਾਂਦੇ ਆ ਅੱਛਾ ਇਹਦੇ ਪਿੱਛੇ ਜਿਹੜੀ ਤੁਹਾਡੀ ਮਿਹਨਤ ਸੀ ਉਦੋਂ ਜਿਹੜੀਆਂ ਕੰਪੋਜੀਸ਼ਨਸ ਦੇ ਉੱਪਰ ਬਹੁਤ ਮਿਹਨਤ ਹੋਈ ਕੀ ਕਿਹੜੇ ਇੱਕ ਕਾਰਨ ਤੁਹਾਡੇ ਦਿਮਾਗ 'ਚ ਆਉਂਦੇ ਕਿ ਯਾਰ ਨਰੂਲਾ ਸਾਹਿਬ ਦੇ ਨਾਲ ਕੰਮ ਕੀਤਾ ਹੂਜਾ ਸਾਹਿਬ ਦੇ ਨਾਲ ਬਹੁਤ ਕਮਾਲ ਦੇ ਅਤੇ ਕਿੱਦਾਂ ਦਾ ਉਦੋਂ ਮਾਹੌਲ ਸੀ ਕੰਪੋਜੀਸ਼ਨਾਂ ਨੂੰ ਲੈ ਕੇ ਕਿੱਦਾਂ ਦਾ ਕੰਮ ਹੁੰਦਾ ਸੀ ਕਿਉਂਕਿ ਦੇਖੋ ਨਾ ਅੱਜ ਤੱਕ ਵੀ ਗੀਤ ਸਾਨੂੰ ਯਾਦ ਆ ਮੈਂ ਆਪਣੇ ਰੇਡੀਓ 'ਤੇ ਵੀ ਤੁਹਾਡੇ ਗੀਤ ਹਜੇ ਤੱਕ ਚਲਾਉਂਦਾ ਅਤੇ ਕੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕਿ ਕਿਹੜੇ ਕਿਹੜੇ ਕਾਰਨ ਉਦੋਂ ਹੁੰਦੇ ਕਿ ਇੰਨੇ ਵਧੀਆ ਯਾਰ ਗੀਤ ਤਿਆਰ ਹੋ ਗਏ ਦੇਖੋ ਜੀ ਪਹਿਲੀ ਗੱਲ ਤੇ ਮੈਂ ਤਕਰੀਬਨ ਜ਼ਿਆਦਾ ਗੀਤ ਆਪ ਲਿਖੇ ਆ ਜੀ ਜਿਵੇਂ ਮੈਂ ਗੀਤ ਰਿਕਾਰਡ ਹੈ ਤਕਰੀਬਨ ਅੱਧਿਆਂ ਤੋਂ ਜ਼ਿਆਦਾ ਮੇਰੇ ਆਪਣੇ ਲਿਖੇ ਵਾ ਤੇ ਦੂਜੇ ਤੇ ਜੰਡੂ ਸਾਹਿਬ ਦੇ ਬਹੁਤ ਗੀਤ ਮੈਂ ਗਾਏ ਆ ਤੇ ਹੋਰ ਵੀ ਕਈ ਗੱਲਾਂ ਦੇ ਕਲਾਕਾਰਾਂ ਦੇ ਗੀਤ ਗਾਏ ਆ ਔਰ ਦੂਜੀ ਗੱਲ ਇਹ ਸੀ ਵੀ ਜਿੰਨੇ ਵੀ ਗੀਤ ਸੀਗੇ ਮੈਂ ਕਦੀ ਬੁੱਕ ਮੋਹਰੇ ਰੱਖ ਕੇ ਜਾਂ ਕਾਪੀ ਵਗੈਰਾ ਨਾ ਰਿਕਾਰਡਿੰਗ ਕੀਤੀ ਨਾ ਸਟੇਜ ਤੇ ਗਾ ਮੂੰਹ ਜਵਾਨੀ ਯਾਦ ਕਰਕੇ ਸਾਰੇ ਗੀਤ ਗਾ ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਦਾ ਮੈਂ ਇੰਡੀਆ ਰਿਕਾਰਡ ਜਦੋਂ ਰਿਕਾਰਡਿੰਗ ਹੋਣ ਚਾਹੀਦਾ ਸੀ ਨਾ ਤੇ ਉੱਥੇ ਚਰਨਜੀਤ ਹੂਜਾ ਸਾਹਿਬ ਕੋਲ ਜਾ ਕੇ ਠਹਿਰੀਦਾ ਸੀਗਾ ਤੇ ਇੱਥੇ ਮੈਂ ਚਲੇ ਗਿਆ ਜਦੋਂ ਰਿਕਾਰਡਿੰਗ ਜਦੋਂ ਕਰਨੀ ਸੀ ਸਟੂਡੀਓ ਚ ਗਏ ਤੇ ਜਦੋਂ ਮੈਂ ਦੇਖਿਆ ਤੇ ਗੀਤਾਂ ਵਾਲੀ ਬੁੱਕ ਮੇਰੇ ਕੋਲ ਹੈ ਨਾ ਕਿਉਂਕਿ
ਕੁਦਰਤੀ ਸਾਰੇ ਹੈਗੇ ਮੈਨੂੰ ਜਵਾਨੀ ਨਹੀਂ ਮਾੜਾ ਓਹੋ ਮੋਟਾ ਦੇਖੋ ਉਦਾਂ ਦੇ ਲਾ ਤੇ ਨਾ ਆਜ਼ਾਦ ਹੁੰਦੇ ਤਾਂ ਮੁੜ ਕੇ ਉਦੇ ਆਉਣਾ ਸੀਗਾ। ਕਿਆ ਬਾਤ ਹੈ ਅੱਛਾ ਇਹ ਵੀ ਬਹੁਤ ਵੱਡੀ ਕੰਗ ਸਾਹਿਬ ਗੱਲ ਦੇਖੋ ਇੰਨੀ ਉਮਰ ਦੇ ਵਿੱਚ ਯਾਦ ਰੱਖਣਾ ਇਹ ਵੀ ਪਰਮਾਤਮਾ ਦੀ ਦੇਣ ਵੀ ਕਹਿ ਸਕਦੇ ਹੋ ਵੈਸੇ ਤੁਹਾਡਾ ਰਿਆਜ਼ ਵੀ ਹੋ ਜਾਂਦਾ ਹੁੰਦਾ ਜੇ ਤੁਸੀਂ ਬਾਰ ਬਾਰ ਇੱਕ ਗੀਤ ਗਾਉਂਦੇ ਹੋ ਹਨਾ ਜਦੋਂ ਜਦੋਂ ਰਿਕਾਰਡਿੰਗ ਹੋਏ ਗੀਤ ਤੁਸੀਂ ਗਾਇਓ ਉਹ ਤਾਂ ਸੌਖੇ ਆ ਜਦੋਂ ਨਵਾਂ ਗੀਤ ਕਰਾਉਣੇ ਹੋ ਨਾ ਉਹ ਫਿਰ ਥੋੜਾ ਜਿਹਾ ਔਖਾ ਜਿਹਾ ਯਾਦ ਕਰਨਾ ਪੈਂਦਾ ਪੂਰਾ ਹੁਣ ਅੱਠ ਦਸ ਗੀਤ ਤੁਸੀਂ ਰਿਕਾਰਡ ਕਰਾਉਣੇ ਤੁਹਾਨੂੰ ਯਾਦ ਨਹੀਂ ਹੈ ਕੋਈ ਵੀ ਹੁਣ ਜਿੱਦਾਂ ਮੈਂ ਬੁੱਕ ਤੋਂ ਦੇਖ ਕੇ ਪੜ੍ਹਦਾ ਪੜ੍ਹ ਕੇ ਕਰਦਾ ਹੁੰਦਾ ਤੇ ਬੁੱਕ ਤਾਂ ਮੇਰੀ ਇੱਥੇ ਰਹਿ ਕੇ ਇੰਗਲੈਂਡ ਰਹਿ ਗਈ ਸੀ ਫਿਰ ਰਿਕਾਰਡਿੰਗ ਕਿੱਥੋਂ ਹੋਣੀ ਸੀਗੀ ਮੈਨੂੰ ਯਾਦ ਕਰਕੇ ਸਾਰੇ ਰਿਕਾਰਡ ਅੱਛਾ ਇੱਕ ਤੁਹਾਡੇ ਕੰਗ ਸਾਹਿਬ ਇੱਕ ਕੈਲਗਰੀ ਦੇ ਵਿੱਚ ਤੁਹਾਡੇ ਚਾਹੁਣ ਵਾਲੇ ਨੇ ਉਹ ਕਹਿੰਦੇ ਕਿ ਮੈਂ ਕੰਗ ਸਾਹਿਬ ਨੂੰ ਬਹੁਤ ਨਜ਼ਦੀਕ ਤੋਂ ਜਾਣਦਾ ਸਤਨਾਮ ਸ਼ੇਰਗਿੱਲ ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੁਹਾਨੂੰ ਤੇ ਕਹਿੰਦੇ ਮੈਂ ਵੈਸੇ ਸਾਊਥ ਹਾਲ ਤੋਂ ਹਾਂ ਤੇ ਮੈਂ ਇੱਥੇ ਕੈਲਗਰੀ ਆ ਗਿਆ ਸੀ ਅਕਸਰ ਮੈਨੂੰ ਫੋਨ ਕਰਦੇ ਰਹਿੰਦੇ ਨੇ ਸਤਨਾਮ ਸ਼ੇਰਗਿੱਲ ਹੋਣੀ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਬਹੁਤ ਬਹੁਤ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਔਰ ਪਿਆਰ ਬਹੁਤ ਸਾਰੇ ਸੱਜਣ ਜਿਹੜੇ ਇਸ ਤਰ੍ਹਾਂ ਦੇ ਪਿਆਰੇ ਸੱਜਣ ਯਾਦ ਕਰਦੇ ਰਹਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਗੀਤਾਂ ਨੂੰ ਬੜਾ ਪਿਆਰ ਕਰਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ। ਅੱਛਾ ਹੁਣ ਤੋਂ ਤੁਸੀਂ ਬਹੁਤ ਸਾਰੇ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਹੈ ਨਾ ਤੇ ਵੱਖ ਵੱਖ ਤਰ੍ਹਾਂ ਦੇ ਗੀਤ ਬਣਾਏ ਤੁਹਾਡੇ ਗੀਤ ਜਿਹੜੇ ਲਿਖੇ ਹੋਏ ਆ ਇੱਕ ਤੁਸੀਂ ਬਾਬੁਲ ਗੀਤ ਬਹੁਤ ਮਕਬੂਲ ਹੋਇਆ ਸੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹਦੇ ਨਾਲ ਨਾਲ ਬਹੁਤ ਸਾਰੇ ਹੋਰ। ਅੱਛਾ ਮੈਂ ਗੱਲ ਹੁਣ ਕਰਦਾ ਇੱਕ ਮੈਨੂੰ ਇੱਕ ਮੈਸੇਜ ਪਹੁੰਚਿਆ ਇੰਗਲੈਂਡ ਤੋਂ ਮੈਨੂੰ ਇੱਕ ਮੈਸੇਜ ਕਿਸੇ ਨੇ ਭੇਜਿਆ ਤੁਹਾਡੇ ਵਾਸਤੇ ਆਪਾਂ ਕੰਗ ਸਾਹਿਬ ਪਹਿਲਾਂ ਉਹ ਮੈਸੇਜ ਸੁਣ ਲਈਏ ਤੇ ਠੀਕ ਉਸ ਤੋਂ ਬਾਅਦ ਫਿਰ ਗੱਲਬਾਤ ਜਾਰੀ ਰੱਖਦੇ ਹਾਂ। ਓਕੇ ਠੀਕ ਹੈ। ਯਾਰਾਂ ਦੇ ਨੇ ਯਾਰ ਪੰਜਾਬੀ ਦੁਸ਼ਮਣ ਲਈ ਤਲਵਾਰ ਪੰਜਾਬੀ ਕਰਦੇ ਸਭ ਨੂੰ ਪਿਆਰ ਪੰਜਾਬੀ ਕਹਿੰਦਾ ਕੰਗ ਅਵਤਾਰ ਪੰਜਾਬੀ। ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ ਅੱਜ ਮੇਰਾ ਵੀਰ ਸਤਿੰਦਰ ਜੀ ਪ੍ਰੋਗਰਾਮ ਕਰ ਰਿਹਾ ਮੇਰੇ ਵੱਡੇ ਵੀਰ ਲਿਵਿੰਗ ਲੈਜੈਂਡ ਦ ਵਨ ਐਂਡ ਓਨਲੀ ਏਐਸ ਕੰਗ ਜੀ। ਸੋ ਕੰਗ ਸਾਹਿਬ ਨਾਲ ਸਾਡਾ ਬਹੁਤ ਮਨ ਨਿੱਕਾ ਹੁੰਦਾ ਉਹਨਾਂ ਦੇ ਨਾਲ ਸੰਗਤ ਕਰਦਾ ਰਿਹਾ ਤਬਲੇ ਤੇ। ਮੈਨੂੰ ਯਾਦ ਹੈ ਪਹਿਲੇ ਦਿਨ ਉਹਨਾਂ ਦੇ ਨਾਲ ਢੋਲਕ ਵਜਾਉਂਦੇ ਸੀਗੇ ਸਾਡੇ ਵੱਡੇ ਵੀਰ ਸੀਤਲ ਸਿੰਘ ਜੀ ਮਾਲਕ ਨੂੰ ਚਰਨਾਂ ਨਿਵਾਸ ਬਖਸ਼ੇ ਦੁਨੀਆ ਤੋਂ ਚਲ ਗਏ ਨੇ। ਬਹੁਤ ਹੀ ਅੱਛੀ ਰੂਹ ਸੀਗੀ ਤੇ ਬਹੁਤ ਹੀ ਅੱਛੇ ਆਰਟਿਸਟ। ਮੈਨੂੰ ਯਾਦ ਹੈ ਮੈਂ ਗਾਰਡਨ ਰੋਡ ਦੇ ਉੱਪਰ ਖੇਡਦਾ ਸੀ ਆਪਣੇ ਦੋਸਤਾਂ ਦੇ ਨਾਲ ਤੇ ਮੇਰੇ ਕੋਲ ਆਏ ਉਹ ਕਹਿੰਦਾ ਤਬਲਾ ਚੱਕ ਤੇ ਮੈਂ ਠੀਕ ਹੈ ਮੈਂ ਤਬਲਾ ਚੱਕਿਆ ਤੇ ਮੈਨੂੰ ਲੈ ਗਏ ਉੱਥੇ ਜੀ ਤੇ ਵਿਆਹ ਦਾ ਪ੍ਰੋਗਰਾਮ ਸੀਗਾ ਤੇ ਕੰਗ ਸਾਹਿਬ ਦੇ ਨਾਲ ਲੈ ਗਏ ਪਿੱਛੇ ਤੇ ਵੀ ਅੰਕਲ ਨਾਲ ਕਿਉਂਕਿ ਬਹੁਤ ਵੱਡਾ ਨਾਂ ਸੀਗਾ। ਸੋ ਵਿਆਹਿਆ ਤਬਲਾ ਤੇ ਫਿਰ ਕੰਗ ਸਾਹਿਬ ਦੇ ਨਾਲ ਬਹੁਤ ਸਾਰੇ ਪ੍ਰੋਗਰਾਮ ਵਰਲਡ 'ਚ ਘੁੰਮੇ ਆ। ਉਸ ਤੋਂ ਬਾਅਦ ਮਿਊਜ਼ਿਕ ਬਹੁਤ ਦਿੱਤਾ ਗਾਇਆ ਕੱਠੇ ਵਜਾਇਆ ਤੇ ਕਿਆ ਬਾਤ ਉਹਨਾਂ ਦੀ ਕੰਗ ਸਾਹਿਬ ਦੀ ਆਵਾਜ਼ ਜੋ ਜਿਸ ਤਰ੍ਹਾਂ ਕਹਿੰਦੇ ਨੇ ਪੰਜਾਬੀ ਵਿੱਚ ਟੱਲੀ ਵਾਂਗੂ ਟਨਕ ਦੀ ਆਵਾਜ਼ ਉਹ ਏਐਸ ਕੰਗ ਜੀ ਆ। ਕੱਲਾ ਕੱਲਾ ਲਵਜ਼ ਐਸਾ ਆਵਾਜ਼ ਤੇ ਨੈਚੁਰਲ ਗਿਫਟਡ ਆ। ਸਾਡੇ ਉਸਤਾਦ ਜੀ ਵੀ ਉਹਨਾਂ ਨੂੰ ਪਸੰਦ ਕਰਦੇ ਕਹਿੰਦੇ ਬਹੁਤ ਅੱਛੀ ਆਵਾਜ਼ ਆ ਤੇ ਗੋਡ ਗਿਫਟਡ ਐਸਾ ਉਹਨਾਂ ਨੇ ਲਿਖਿਆ ਵੀ ਤੇ ਗਾਇਆ ਵੀ ਤੇ ਸਤਿਗੁਰੂ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਅਸੀਂ ਤਾਂ ਉਹਨੂੰ ਬਾਬਾ ਵੀ ਕਹਿੰਦੇ ਨੇ ਕੰਗ ਸਾਹਿਬ ਨੂੰ ਹਜੇ ਦਰਸ਼ਨ ਹੁੰਦੇ ਰਹਿੰਦੇ ਆ ਤੇ ਉਹਨੂੰ ਮੈਂ ਕਿਹਾ ਬਾਬਾ ਜੀ ਗੀਤ ਰਿਕਾਰਡ ਕਰਨੇ ਆ ਹਜੇ ਬੋਲ ਹਜੇ ਵੀ ਉਹਨਾਂ ਦੀ ਆਵਾਜ਼ ਉਸੇ ਤਰ੍ਹਾਂ ਬੁਲੰਦ ਆ ਤੇ ਮਾਲਕ ਇਸੇ ਤਰ੍ਹਾਂ ਰੱਖੇ। ਬਾਕੀ ਬਹੁਤ ਸਾਰੀਆਂ ਹੋਰ ਗੱਲਾਂ ਫਿਰ ਕਿਤੇ ਖੁੱਲਾ ਸਮਾਂ ਹੋਵੇ ਤੇ ਕਰਾਂਗੇ। ਸੋ ਸਤਿੰਦਰ ਜੀ ਦਾ ਬਹੁਤ ਮੈਂ ਧੰਨਵਾਦ ਆ ਵੀ ਵੱਡੇ ਵੀਰ ਤੇ ਪ੍ਰੋਗਰਾਮ ਕੀਤਾ ਉਹਨਾਂ ਦੀ ਜੀਵਨੀ ਤੇ ਬਹੁਤ ਸਾਰੇ ਗੀਤ ਆ ਇਕੱਠਿਆਂ ਨੇ ਅਸੀਂ ਬਣਾਏ ਆ। ਖਾਓ ਪੀਓ ਐਸ਼ ਕਰੋ ਬੋਲੀਆਂ ਅਸੀਂ ਤੈਨੂੰ ਪਿਆਰ ਕਰਦੇ ਹਾਂ ਲੋਕਾਂ ਨੇ ਪਸੰਦ ਕੀਤੇ ਆ। ਉਸ ਤੋਂ ਪਹਿਲਾਂ ਵੀ ਜੋ ਕੰਗ ਸਾਹਿਬ ਨੇ ਗਾਇਆ ਤੇ ਉਹ ਅਮਰਿਆ ਗਿੱਧਿਆਂ ਦੇ ਰਾਣੀ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜ਼ਿੰਦਗੀ ਮੁੱਕਦੀ ਜਾਂਦੀ ਕਿਤੇ ਗੀਤ ਹੈ ਮੈਂ ਸਾਰੇ ਗਣਾ ਨਹੀਂ ਸਕਦਾ। ਸੋ ਮਾਲਕ ਉਹਨੂੰ ਲੰਮੀ ਉਮਰ ਬਖਸ਼ੇ ਤੇ ਇਸੇ ਤਰ੍ਹਾਂ ਹੋਰ ਵੀ ਗੀਤ ਕੰਗ ਸਾਹਿਬ ਕਰਨ। ਥੈਂਕ ਯੂ ਵੰਸ ਅਗੇਨ ਮਾਲਕ ਸਭ ਦਾ ਭਲਾ ਕਰੇ ਰੱਬ ਰੱਖਾ। ਜਿੰਦਾ ਭਾਅ ਜੀ ਪਹਿਲਾਂ ਤਾਂ ਤੁਹਾਡਾ ਵੀ ਧੰਨਵਾਦ ਬਹੁਤ 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 ਕਿਆ ਕਮਾਲ ਦਾ ਮੈਸੇਜ ਭੇਜਿਆ। ਅੱਛਾ ਕੰਗ ਸਾਹਿਬ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਕਿ ਬਹੁਤ ਘੱਟ ਲੋਕਾਂ ਨੂੰ ਵੀ ਸ਼ਾਇਦ ਪਤਾ ਹੋਏਗਾ ਕਿ ਛਿੰਦਾ ਭਾਅ ਜੀ ਬਹੁਤ ਛੋਟੀ ਉਮਰ ਤੋਂ ਤੁਹਾਡੇ ਨਾਲ ਰਹੇ ਨੇ ਤਬਲਾ ਵੀ ਵਜਾਉਂਦੇ ਰਹੇ ਨੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਸੁਣ ਕੇ ਸਿੱਖ ਸਿੱਖ ਕੇ ਅੱਜ ਬਹੁਤ ਵੱਡਾ ਇੰਗਲੈਂਡ ਦਾ ਐਜ਼ ਏ ਮੈਂ ਕਹਾਂਗਾ ਕਿ ਸਕਸੈਸਫੁੱਲ ਮਿਊਜ਼ਿਕ ਡਾਇਰੈਕਟਰ ਨੇ ਜਿਹੜੇ ਉਹ ਬਣ ਗਏ ਨੇ। ਸੋ ਕੁਝ ਕੁ ਯਾਦਾਂ ਤੁਹਾਡੀਆਂ ਵੀ ਹੋਣਗੀਆਂ ਛਿੰਦਾ ਭਾਅ ਜੀ ਦੇ ਨਾਲ। ਹਾਂ ਜੀ ਸ਼ਿੰਦਾ ਦੇਖੋ ਜੇ ਮੇਰਾ ਛੋਟਾ ਵੀਰ ਆ ਅਸੀਂ ਤਾਂ ਹੁਣ ਵੀ ਇਕੱਠੇ ਰਹੇ ਦਾ ਉਹਦਾ ਵੀ ਨੇੜੇ ਨੇੜੇ ਹੀ ਆ ਔਰ ਸਾਰੀ ਉਮਰ ਤਕਰੀਬਨ ਇਕੱਠੇ ਬਹੁਤ ਸਾਰੀ ਤਕਰੀਬਨ ਅੱਧੀ ਦੁਨੀਆਂ ਵਿੱਚ ਪ੍ਰੋਗਰਾਮ ਕਰਿਆ ਇਕੱਠੇ ਤੇ ਨਿੱਕਾ 13-14 ਸਾਲ ਦਾ ਸੀ ਜਦੋਂ ਜਦ ਤੋਂ ਅਸੀਂ ਇਹਦੇ ਸ਼ੁਰੂ ਕੀਤਾ ਔਰ ਉਸਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਕੋਈ ਗੱਲ ਨਹੀਂ ਵਿਚਾਰੇ ਨੇ ਤੇ ਤਬਲਾ ਢੋਲਕ ਢੋਲ ਹਾਰਮੋਨੀਅਮ ਅੱਜ ਕੱਲ ਸਿੰਗਿੰਗ ਦੇ ਵਿੱਚ ਸਭ ਤੋਂ ਉੱਪਰ ਇਸ ਵੇਲੇ ਇੰਗਲੈਂਡ ਦੇ ਵਿੱਚ ਆ। ਸੋ ਪਰਮਾਤਮਾ ਨੂੰ
ਸੁੱਖ ਰੱਖੇ ਤੇ ਚੜ੍ਹਦੀ ਕਲਾ ਰੱਖੇ। अच्छा कांग साहब, ਤੁਹਾਡੇ ਨਾਲ ਬਹੁਤ ਸਾਰੇ ਫੀਮੇਲ ਆਰਟਿਸਟ ਮਿਸਿਸ ਭਮਰਾ ਰਹੇ ਨੇ, ਫਿਰ ਪਰਮਜੀਤ ਪੰਮੀ ਹੁਣੀ ਤੇ ਸੁਰਿੰਦਰ ਕੌਰ ਹੁਣਾਂ ਦੇ ਨਾਲ ਵੀ ਤੈਨੂੰ ਤੁਸੀਂ ਦੋ ਤਿੰਨ ਗੀਤ ਰਿਕਾਰਡ ਕਰਵਾਏ, ਡੋਲੀ ਉਹਨਾਂ ਦੀ ਬੇਟੀ ਆ ਉਹਦੇ ਨਾਲ ਵੀ ਇੱਕ ਦੋ ਗੀਤ ਕਰਵਾਏ। ਅੱਛਾ ਉਦੋਂ ਦੀ ਜਿਹੜੀ ਗਾਇਕੀ ਸੀ, ਫਿਰ ਬਾਅਦ ਵਿੱਚ ਮੈਨੂੰ ਲੱਗਦਾ 90s ਦੇ ਵਿੱਚ ਆ ਕੇ ਥੋੜ੍ਹਾ ਜਿਹਾ ਚੱਲਣ ਵੀ ਚੇਂਜ ਹੋ ਗਿਆ, ਅਤੇ ਕਿੱਦਾਂ ਦਾ ਰਹਿੰਦਾ ਸੀ ਉਦੋਂ ਕੋ ਆਰਟਿਸਟ ਨਾਲ, ਕਿਉਂਕਿ ਉਦੋਂ ਮੈਨੂੰ ਲੱਗਦਾ ਇੱਕ ਡਿਮਾਂਡ ਵੀ ਸੀ ਕਿ ਕਿਸੇ ਫੀਮੇਲ ਆਰਟਿਸਟ ਦੇ ਨਾਲ ਗੀਤ ਕਰਾਉਣਾ ਜ਼ਰੂਰੀ ਵੀ ਮੰਨਿਆ ਜਾਂਦਾ ਸੀ, ਹੈ ਨਾ? ਦੇਖੋ ਜੀ, ਉਹ ਜ਼ਮਾਨਾ ਜਿਹੜਾ ਸੀਗਾ ਤਕਰੀਬਨ 78 ਦਾ, ਇੱਥੇ ਏਦਾਂ ਆਉਂਦੀ ਸੀ ਵੀ ਫੀਮੇਲ ਗੀਤ ਚਾਹੇ ਕੋਈ ਗਾਵੇ ਜਾਂ ਨਾ ਗਾਵੇ, ਸਟੇਜ ਤੇ ਜ਼ਰੂਰ ਹੋਣੀ ਚਾਹੀਦੀ ਆ। ਹਾਂਜੀ, ਫੀਮੇਲ ਜ਼ਰੂਰ ਹੋਣੀ ਚਾਹੀਦੀ ਆ, ਗਾਵੇ ਚਾਹੇ ਨਾ ਗਾਵੇ ਉਹ ਵੱਖਰੀ ਗੱਲ ਆ। ਬਿਲਕੁਲ ਬਿਲਕੁਲ। ਅਸੀਂ, ਮੈਨੂੰ ਚੇਤਾ ਸੀ ਸਭ ਤੋਂ ਪਹਿਲਾਂ 80 ਦੇ ਵਿੱਚ ਇੱਥੇ ਕੈਲਗਰੀ ਆਏ ਸੀਗੇ। ਅੱਛਾ ਜੀ, ਜੀ। ਤੇ ਚਰਨਜੀਤ ਊਜਾ ਸਾਹਿਬ ਸਾਡੇ ਨਾਲ ਸੀਗੇ, ਸਾਨੂੰ ਮੁਖਸੀ ਆਜ਼ਾਦ ਤੇ ਕੁੜੀ ਪ੍ਰੀਤੀ ਵਾਲਾ ਇੰਡੀਆ ਤੋਂ ਆਏ ਸੀ, ਤੇ ਉਹਦੇ ਨਾਲ ਵੀ ਬਹੁਤ ਸਾਰੇ ਗੀਤ ਰਿਕਾਰਡ ਇੱਥੇ ਕੈਨੇਡਾ ਵਿੱਚ ਕੀਤੇ ਸੀਗੇ। ਅੱਛਾ ਜੀ। ਬਾਅਦ ਜਦੋਂ ਵਿਚਾਰੀ ਪੂਰੀ ਹੋ ਗਈ ਸੀ ਤੇ ਉਹਨਾਂ ਨੂੰ ਵੀ ਬਹੁਤ ਮਜ਼ਾ ਆਇਆ। ਕੈਲਗਰੀ ਤਾਂ ਮੈਂ ਮੇਰੇ ਖਿਆਲ 4-5 ਵਾਰੀ ਅਸੀਂ ਪ੍ਰੋਗਰਾਮ ਕਰ ਗਏ ਹਾਂ 84 ਵਿੱਚ, 90 ਯਾਦ ਨਹੀਂ ਚੰਗੀ ਤਰ੍ਹਾਂ, 4-5 ਵਾਰੀ ਮਾਰ ਗਏ ਚੱਕਰ। ਹਾਂਜੀ। ਅੱਛਾ ਕੰਗ ਸਾਹਿਬ, ਮੈਂ ਹੁਣ ਗੱਲਬਾਤ ਅੱਗੇ ਥੋੜ੍ਹੀ ਜਿਹੀ ਹੋਰ ਤੋਰਦਾ ਕਿ ਜਿੱਦਾਂ ਮੈਂ ਫੀਮੇਲ ਆਰਟਿਸਟ ਦੀ ਗੱਲ ਕੀਤੀ, ਉਸ ਤੋਂ ਬਾਅਦ 'ਚ ਤੁਸੀਂ ਇੱਕ ਟਾਈਮ ਇਹ ਵੀ ਵਿੱਚ ਇੱਦਾਂ ਦਾ ਥੋੜ੍ਹਾ ਜਿਹਾ ਆ ਗਿਆ ਜਿੱਥੇ ਤੁਸੀਂ ਬਿਲਕੁਲ ਗਾਉਣਾ ਛੱਡ ਦਿੱਤਾ, ਗੈਪ ਆ ਗਿਆ, ਮਤਲਬ 90s ਦੇ ਵਿੱਚ ਤੁਸੀਂ ਦੁਬਾਰਾ ਫਿਰ ਗਾਣਾ ਸ਼ੁਰੂ ਕੀਤਾ, ਹੈ ਨਾ? ਕੁਝ ਇੱਕ ਬੋਲੀਆਂ ਸੀ ਜਿਹਨੂੰ ਰੀਮਿਕਸ ਕੀਤਾ ਗਿਆ, ਫਿਰ ਉਹ ਕੀ ਰੁਝੇਵੇਂ ਰਹੇ ਕਿ ਤੁਸੀਂ ਵਿੱਚ ਬਹੁਤ ਦੇਰ ਛੱਡ ਵੀ ਦਿੱਤਾ ਸੀ ਗਾਣਾ, ਅਤੇ ਉਦੋਂ ਸਰੋਤੇ ਇਹ ਵੀ ਸੋਚਦੇ ਸੀ ਕਿ ਕੰਗ ਸਾਹਿਬ ਦਿਖਾਈ ਨਹੀਂ ਦਿੰਦੇ, ਸਟੇਜਾਂ 'ਤੇ ਨਹੀਂ ਦਿਖਾਈ ਦਿੰਦੇ, ਵਿਆਹਾਂ 'ਚ ਨਹੀਂ ਦਿਖਾਈ ਦਿੰਦੇ, ਜਾਂ ਇਹਨਾਂ ਦੀ ਕੋਈ ਗੀਤ ਨਹੀਂ ਆਇਆ। ਉਹ ਜੋ ਜ਼ਮਾਨਾ ਸੀ ਉਹਦੇ ਵਿੱਚ ਸਾਡੇ ਫੈਮਿਲੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੋ ਗਈਆਂ ਸੀਗੀਆਂ ਜੀ। ਤੇ ਇੱਕ ਗੀਤਾਂ ਦਾ ਜਿਹੜਾ ਦੌਰ ਥੋੜਾ ਬਹੁਤ ਜਲਦੀ ਚੇਂਜ ਹੋ ਰਿਹਾ ਸੀਗਾ, ਥੋੜਾ ਦਿਲ ਵੀ ਹੋਰ ਤਰ੍ਹਾਂ ਹੋ ਗਿਆ। ਫਿਰ ਮੇਰਾ ਮਦਰ, ਫਾਦਰ, ਸਿਸਟਰ, ਬ੍ਰਦਰ ਸਾਰੇ ਆਫ ਹੋ ਗਏ ਤੇ ਇਸ ਕਰਕੇ ਦੋ ਜਾਣਾ 4 ਸਾਲ ਤੇ 4-5 ਸਾਲ ਫਿਰ ਮੈਂ ਬਿਲਕੁਲ ਠੀਕ ਆਇਆ। ਤੇ ਫਿਰ ਮੇਰਾ ਲੜਕਾ ਛੋਟਾ ਜਿਹਾ ਸੀ, ਪੜ੍ਹਦਾ ਹੁੰਦਾ ਸੀ, ਉਹਨੂੰ ਥੋੜਾ ਸ਼ੌਕ ਸੀਗਾ, ਉਹ ਕਹਿੰਦਾ ਡੈਡ ਮੈਂ ਇੱਕ ਗੀਤ ਕਰਨਾ, ਮਿਊਜ਼ਿਕ ਦੇਣਾ, ਫਿਰ ਤੂੰ ਪਲੀਜ਼ ਗਾ ਦੂੰਗਾ। ਮੈਂ ਕਿਹਾ ਨਹੀਂ, ਮੈਂ ਨਹੀਂ ਗਾਉਣਾ। ਤੇ ਫਿਰ ਮੱਲੋ ਮੱਲੀ ਸਾਡੇ ਇੱਥੇ ਪ੍ਰਿਤਪਾਲ ਹੁੰਦਾ ਸੀ, ਉਹਨਾਂ ਦੀ ਉਹਨਾਂ ਨੇ ਬਹੁਤ ਸਾਰੀਆਂ ਟੇਪਾਂ ਰਿਲੀਜ਼ ਕੀਤੀਆਂ, ਤੇ ਉਹ ਮੇਰੇ ਮਗਰ ਪੈ ਗਿਆ ਤੇ ਯਾਰ ਇਹ ਗੱਲ ਜ਼ਰੂਰ ਕਰੀ ਤੂੰ ਜੋ ਮਰਜ਼ੀ ਹੋਏ। ਉਹ ਮੱਲੋ ਮੱਲੀ ਮੈਨੂੰ ਫੜ ਕੇ ਸਟੂਡੀਓ ਲੈ ਗਿਆ ਤੇ ਫਿਰ ਉੱਥੇ ਉਹ ਆਲਬਮ ਕੀਤੀ ਸੀ ਫਲੈਸ਼ਬੈਕ। ਉਸ ਤੋਂ ਬਾਅਦ ਉਹ ਚੰਗੀ ਚੱਲ ਗਈ, ਫਿਰ ਬਾਅਦ ਵਿੱਚ ਜਵਾਨੀ ਆਏ, ਜਵਾਨੀ ਤਾਂ ਫਿਰ ਗੱਲਾਂ ਛੱਡ ਦੋ ਬੋਲੀਆਂ ਵਾਲੀ ਨਾ। ਹਾਂਜੀ ਹਾਂਜੀ ਹਾਂਜੀ। ਚੱਲੀਆਂ ਬਹੁਤ, ਤੇ ਉਹ ਫਿਰ ਲੋਕੀ ਸਾਰੇ ਕਹਿੰਦੇ ਬੋਲੀਆਂ ਹੋਰ ਚਾਹੀਦਾ, ਫਿਰ ਦੁਬਾਰਾ ਖੰਗ ਫੂ ਦੇ ਵਿੱਚ ਬੋਲੀਆਂ ਉਹ ਉਦੋਂ ਵੀ ਬਿਲਕੁਲ ਬਿਲਕੁਲ। ਨਹੀਂ ਨਹੀਂ ਇਹ ਗੱਲ ਤੁਹਾਡੀ ਬਿਲਕੁਲ ਸਹੀ। ਅੱਛਾ ਮੈਂ, ਤੁਸੀਂ ਆਪਣੇ ਬੇਟੇ ਦਾ ਜ਼ਿਕਰ ਕੀਤਾ, ਮੈਂ ਪੁੱਛਣਾ ਚਾਹੁੰਦਾ ਫੈਮਿਲੀ 'ਚ ਕੌਣ ਕੌਣ ਆ, ਅਤੇ ਬੇਟਾ ਬੱਚਿਆਂ ਨੂੰ ਗਾਉਣ ਦਾ ਵੀ ਸ਼ੌਕ ਹੈਗਾ, ਅਤੇ ਕਿੰਨੇ ਬੱਚੇ ਤੁਹਾਡੇ? ਬੱਚੇ ਮੇਰੇ 3, 2 ਲੜਕੇ 1 ਲੜਕੀ ਆ ਜੀ। ਜੀ। ਤੇ ਪਹਿਲਾਂ ਥੋੜ੍ਹਾ ਥੋੜ੍ਹਾ ਮਿਊਜ਼ਿਕ ਕਰਦਾ ਹੁੰਦਾ ਸੀ, ਪਰ ਫਿਰ ਮਗਰੋਂ ਹਟ ਗਿਆ, ਬਾਹਰ ਪੁੱਟ ਗਿਆ, ਆਪਣੀ ਜੋਬ ਕਰਦੇ ਆ, ਅਤੇ ਫਿਰ ਇਸ ਲਾਈਨ ਦੇ ਵਿੱਚ ਠੀਕ ਹੋ ਜਾਇਆ। ਜੀ ਜੀ ਜੀ। ਹਾਂਜੀ। ਤੇ ਅੱਜ ਕੱਲ੍ਹ ਦੇ ਕਿੱਦਾਂ ਦੇ ਰੁਝੇਵੇਂ ਨੇ ਕੰਗ ਸਾਹਿਬ ਇੰਗਲੈਂਡ ਦੇ ਵਿੱਚ ਗਾਉਂਦੇ ਹੋ, ਕਿਉਂਕਿ ਹੁਣ ਤਾਂ ਵੈਸੇ ਪੈਂਡੈਮਿਕ ਕਾਫੀ 1.5-2 ਸਾਲ ਤੋਂ ਹੀ ਉੱਥੇ ਚੱਲ ਰਿਹਾ? 1.5 ਸਾਲ ਹੋ ਗਏ ਸਾਰੇ ਘਰ ਬੈਠੇ, ਜਦੋਂ ਹੁਣ ਮਾੜਾ ਮਾੜਾ ਫੇਰ ਦੁਬਾਰਾ ਕੰਮ ਸ਼ੁਰੂ ਹੋਣ ਲੱਗਾ ਆ, ਤੇ ਆ 1.5 ਸਾਲ ਤੁਹਾਨੂੰ ਵੀ ਪਤਾ ਵੀ ਸਾਰੇ ਬੰਦ ਹੀ ਰਿਹਾ, ਸਾਰਾ ਕੰਮ ਬੰਦ ਰਿਹਾ ਜੀ, ਹੁਣ ਫੇਰ ਦੁਬਾਰਾ ਸ਼ੁਰੂ ਹੋਣ ਲੱਗਾ ਤੇ ਦੇਖੋ। ਅੱਛਾ, ਮੈਨੂੰ ਇੱਕ ਫਰਮਾਇਸ਼ ਬਹੁਤ ਕਾਫੀ ਸੱਜਣਾਂ ਨੇ ਭੇਜ ਦਿੱਤੀ, ਕਹਿੰਦੇ 2 ਕਲਾਈਨਾਂ ਜੇ ਕੰਗ ਸਾਹਿਬ ਇਜਾਜ਼ਤ ਦੇਣ ਤੇ ਅਸੀਂ ਤੈਨੂੰ ਪਿਆਰ ਕਰਦੇ ਹਾਂ। ਉਹ ਪਤਾ ਹੁਣ ਗੀਤ ਬਾਅਦ ਚਿਰ ਹੋਇਆ ਗਾਏ ਨੀ, ਹੁਣ ਯਾਦ ਵੀ ਹੈ ਨੀ। ਚਲੋ ਕੋਈ ਕੋਈ ਹੋਰ ਗੀਤ ਜਿਹੜਾ ਤੁਹਾਨੂੰ ਠੀਕ ਲੱਗ ਰਿਹਾ, ਜੇ ਤੁਸੀਂ ਦੋ ਕੋਈ ਵੀ ਗੀਤ ਤੁਹਾਡੀ ਪਸੰਦ ਆ? ਚਲੋ ਆਪਣਾ ਫੇਵਰਟ ਗੀਤ, ਸਭ ਤੋਂ ਫੇਵਰਟ ਗੀਤ ਨੂੰ ਜੀ। ਜ਼ਿੰਦਗੀ ਮੁੱਕਦੀ ਜਾਂਦੀ ਹੈ, ਜਾਨ ਮੇਰੀ ਸੁੱਕਦੀ ਜਾਂਦੀ ਹੈ, ਰਹੀ ਨਾ ਹੋਸ਼ ਟਿਕਾਣੇ ਹੁਣ, ਨਬਜ਼ ਮੇਰੀ ਰੁਕਦੀ ਜਾਂਦੀ ਹੈ। ਜ਼ਿੰਦਗੀ ਮੁੱਕਦੀ ਜਾਂਦੀ ਹੈ, ਜਾਨ ਮੇਰੀ ਸੁੱਕਦੀ ਜਾਂਦੀ ਹੈ, ਵਾਹ ਵਾਹ ਵਾਹ। ਦਿਲ ਹੋ ਕੇ ਪਰ ਪਰ ਰੋਂਦਾ ਹੈ,
दिल करके याद जवानी दे दिल हो के पर रोंदा है दिल करके याद जवानी दे चुकी ना किसे तो भी जो चुकी ना किसे तो भी जो गर्दन यो चुक दी जांदी है जिंदगी मुक दी जांदी है क्या बात है कंसा बहुत कमाल बहुत ही कमाल बड़ा लोकां ने माणे वीर नूं दित्ता तो अच्छा जी तर्ज भी बहुत वधिया बनाई गई ते जिस टाइम ते कंग साहब तुसी गाउंदे सी तुसी मैनूं इह वी पता लगा कि यमला जट साहब तो बहुत प्रभावित रहे उहनां नूं एक तरह तुसी अपना गुरु भी मानदे रहे ते उहनां दे नाल वी कुछ यादां तुहाडियां हैगियां सुरिंदर कौर होणा दे नाल आसा सिंह मस्ताना होणा नाल यमला जट होणा नाल क्योंकि जो मैं तुहानूं दस्सां जदों इत्थे आए ना इत्थे कोई ना दुकान हुंदी सी ना कोई कुछ भी नहीं सी हुंदा ते रेडियो सलोन तो किते किते जो गाने आउंदे सी ते ओ एक लाइन सुननी ते बाकी हवा विच सारा गीत निकल जाणा हां जी हां जी हां जी 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 ते हौली हौली फिर लोकी इंडिया तो रिकॉर्ड लैण लगे जो कि मैं जमला जी दे गीत बहुत फिर सुनता हुंदा सीगा क्योंकि उहनां दे गीत बड़े प्यारे आ फैमिली विच बैठ के तुसीं सुन सकदे आ हां जी ते फिर ओ ਇੱਥੇ ਇੰਗਲੈਂਡ ਆਏ ਤੇ ਮੇਰੇ ਬੜਾ ਪਿਆਰ ਉਹਨਾਂ ਕੀਤਾ ਪਿਓ ਮੈਨੂੰ ਕਹਿੰਦੇ ਵੀ ਬੇਟਾ ਤੇ ਮੇਰੇ ਲਈ ਇੱਕ ਏਦਾਂ ਦਾ ਪ੍ਰੋਗਰਾਮ ਕਰਦੇ ਇੱਥੇ ਜਿਹਦੇ ਵਿੱਚ ਇਕੱਲੇ ਆਰਟਿਸਟ ਹੋਣ ਬਾਕੀ ਹੋ ਲਵੇ ਹੋਵੇ ਬੜੇ ਖੁਸ਼ ਹੋਏ ਬਹੁਤ ਮਿਲਦੇ ਰਹਿੰਦੇ ਹੁੰਦੇ ਸੀ ਇੰਡੀਆ ਗਿਆ ਮੈਂ ਉਹਨਾਂ ਦਾ ਇੰਡੀਆ ਇੱਕ ਗੀਤ ਵੀ ਉਹਨਾਂ ਦਾ ਰਿਕਾਰਡ ਕਰਾਇਆ ਸੀ ਦੁਖੀਆ ਸਾਹਿਬ ਸਰਦਾਰ ਉਹ ਲੋਕੋ ਦੁਖੀਆ ਸਾਹਿਬ ਸਰਦਾਰ ਉਹਨਾਂ ਦਾ ਲਿਖਿਆ ਗੀਤ ਉਹ ਵੀ ਮੈਂ ਰਿਕਾਰਡ ਕਰਾਇਆ ਸੀ ਕੰਗ ਸਾਹਿਬ ਅੱਜ ਦੇ ਗੀਤ ਸੁਣਦੇ ਹੋ ਅੱਜ ਕੱਲ੍ਹ ਦੀ ਗਾਇਕੀ ਕਿੱਦਾਂ ਸੁਣਦੇ ਹੋ ਬੈਠ ਕੇ ਘਰ ਬੈਠ ਕੇ ਜਦੋਂ ਦਿਲ ਕਰਦਾ ਕਿ ਜਾਂ ਨਹੀਂ ਦਿਲ ਕਰਦਾ ਕਿੱਦਾਂ ਦੀ ਸਮਝਦੇ ਹੋ ਅੱਜ ਕੱਲ੍ਹ ਦੀ ਗਾਇਕੀ ਨੂੰ ਬਹੁਤ ਸਾਰੇ ਸੂਝਵਾਨ ਜਿਹੜੇ ਇਸ ਵਕਤ ਇੱਥੇ ਬੈਠੇ ਸਾਡੇ ਮਿਊਜ਼ਿਕ ਨਾਲ ਰਿਲੇਟਡ ਬੰਦੇ ਉਹ ਵੀ ਸੁਣ ਰਹੇ ਨੇ ਸੋ ਜਵਾਬ ਜਿਹੜਾ ਉਹਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਵਧੀਆ ਚੀਜ਼ਾਂ ਵੀ ਕੰਗ ਸਾਹਿਬ ਲੁਕੀਆਂ ਹੁੰਦੀਆਂ ਸੋ ਕੀ ਕਹਿਣਾ ਚਾਹੋਗੇ ਦੇਖੋ ਜੀ ਜੇ ਗਾਉਣ ਦੀ ਤੁਸੀਂ ਗੱਲ ਕਰਦੇ ਹੋ ਮੁੰਡੇ ਬਹੁਤ ਵਧੀਆ ਗਾਉਂਦੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਜ ਕੱਲ੍ਹ ਮੁੰਡੇ ਬਹੁਤ ਵਧੀਆ ਸਿਰਫ ਇੱਕ ਥੋੜ੍ਹੀ ਹੈਗੀ ਹੈ ਵੀ ਜਿਹੜੀ ਹੁਣ ਮੈਂ ਕੀ ਕਹਾਂ ਵੀ ਭੇਡ ਚਾਲ ਪੈ ਗਈ ਆ ਵੀ ਰਾਸਿਆਂ ਦੇ ਗੰਨਾ ਦੇ ਜੇ ਉਹ ਗਾਣੇ ਕੱਢੀ ਜਾਣੇ ਉਹ ਮੁੜ ਕੇ ਨਾ ਤੁਹਾਨੂੰ ਪਤਾ ਤੂੰ 20-30 ਸਾਲ ਪਹਿਲਾਂ ਫਿਲਮਾਂ ਚੱਲੀਆਂ ਸੀ ਫਲਾਨੇ ਜੱਟ ਦੀ ਜੱਟ ਫਲਾਨਾ ਜੱਟ ਏ ਜੱਟ ਜੱਟ ਦੀ ਹਰੇਕ ਜੱਟ ਦੇ ਨਾਂ ਤੇ ਫਿਲਮ ਹੁੰਦੀ ਸੀ ਪੰਜਾਬੀ ਫਿਲਮ ਇਸੇ ਤਰ੍ਹਾਂ ਹੁਣ ਆਹ ਭੇਡ ਚਾਲ ਜੇ ਚੱਲੀ ਸੀਗੀ ਦੇਖੋ ਹੁਣ ਇਹ ਖਤਮ ਹੁੰਦੀ ਮੇਰਾ ਖਿਆਲ ਹੈ ਵੀ ਹੁਣ ਉਹ ਖਤਮ ਹੋ ਜਾਊਗੀ ਛੇਤੀ ਤੇ ਵੇਖੋ ਜੀ ਅੱਛਾ ਫਿਰ ਜਿਹੜੇ ਹੁਣ ਤੁਹਾਨੂੰ ਸੁਣ ਰਹੇ ਨੇ ਇਸ ਵਕਤ ਸਰੋਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗਾਉਣ ਵਾਲੇ ਵੀ ਨੇ ਲਿਖਣ ਵਾਲੇ ਵੀ ਨੇ ਜ਼ਮਾਨਾ ਚਾਹੇ ਕੋਈ ਵੀ ਹੋਵੇ ਚਾਹੇ ਹੁਣ 30-40 ਸਾਲ ਦਾ ਵਕਫਾ ਪੈ ਗਿਆ ਤੁਸੀਂ ਉਸ ਟਾਈਮ ਤੇ ਗਾਇਆ ਅੱਜ ਵੀ ਅਸੀਂ ਤੁਹਾਡੇ ਗੀਤ ਸੁਣਦੇ ਹਾਂ ਤੇ ਇੱਕ ਦਿਲ ਦੇ ਵਿੱਚ ਨਾ ਕਿਤੇ ਕੋਈ ਏਦਾਂ ਦੀ ਵਲਵਲਾ ਜਾਂ ਕੋਈ ਏਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਹਮੇਸ਼ਾ ਤੁਸੀਂ ਕਹਿਣੀ ਚਾਹੁੰਦੇ ਹੋ ਕਿ ਯਾਰ ਆਹ ਚੀਜ਼ ਮੇਰੇ ਦਿਲ 'ਚ ਹੈਗੀ ਮੈਂ ਕਹਾਂ ਮੈਂ ਜਾਂ ਕਿਸੇ ਨੂੰ ਦੱਸਾਂ ਕਿਸੇ ਗਾਇਕ ਨੂੰ ਦੱਸਾਂ ਗੀਤਕਾਰ ਨੂੰ ਕਹਾਂ ਵੀ ਯਾਰ ਇੱਦਾਂ ਦਾ ਵੀ ਕਰਿਆ ਕਰੋ ਇੱਦਾਂ ਹਾਂ ਠੀਕ ਹੈ ਜ਼ਮਾਨੇ ਦੇ ਨਾਲ ਚੱਲੋ ਅਤੇ ਉਸ ਚੀਜ਼ ਨੂੰ ਲੈ ਕੇ ਦਿਮਾਗ ਦੇ ਵਿੱਚ ਕੀ ਆਉਂਦਾ ਅਤੇ ਕੀ ਕਹਿਣਾ ਚਾਹੋਗੇ ਇਸ ਵਕਤ ਨਹੀਂ ਦੇਖੋ ਇਹ ਜ਼ਰੂਰੀ ਨਹੀਂ ਵੀ ਕੋਈ ਕਹਿੰਦਾ ਇਕੱਲੇ ਧਾਰਮਿਕ ਗਾਏ ਜਾਓ ਕੋਈ ਕਹਿੰਦਾ ਤੁਸੀਂ ਇਹ ਗਾ ਜਾਓ ਉਹਨੂੰ ਤੁਸੀਂ ਜੋ ਮਰਜ਼ੀ ਗਾ ਚਲੋ ਪਰ ਕੰਨਾਂ ਨੂੰ ਸੋਹਣਾ ਲੱਗਣਾ ਚਾਹੀਦਾ ਹਾਂਜੀ ਤੁਸੀਂ ਪਰਿਵਾਰ ਵਿੱਚ ਬੈਠ ਕੇ ਸੁਣ ਵਕੋ ਇਹ ਨਹੀਂ ਵੀ ਤੁਹਾਡੀ ਸਿਸਟਰ ਆਏ ਜਾਂ ਮਦਰ ਆਏ ਦਾ ਤੁਹਾਨੂੰ ਗਾਣਾ ਬੰਦ ਕਰਨਾ ਪਵੇ ਠੀਕ ਹੈ ਨੀ ਲਿਖਣ ਵਾਲਿਆਂ ਨੂੰ ਵੀ ਥੋੜ੍ਹਾ ਜਿਹਾ ਹੋਣਾ ਚਾਹੀਦਾ ਵੀ ਥੋੜ੍ਹਾ ਜਿਹਾ ਹਿਸਾਬ ਜਿਹਾ ਲਿਖਣ ਬਾਕੀ ਜਿਹੜੇ ਐਂਟਰਟੇਨ ਆ ਹੁਣ ਗੀਤ ਗਾ ਕੇ ਖਾਓ ਪੀਓ ਐਸ਼ ਕਰੋ ਮਿੱਤਰੋ ਕਈ ਹੁਣ ਪੁੱਠੇ ਪਾਸੇ ਲਈ ਜਾਂਦੇ ਆ ਇੱਥੇ ਕੈਨੇਡਾ ਵੀ ਤੁਹਾਡੇ ਬਹੁਤ ਲੋਕੀ ਪੁਰਾਣੇ ਆਇਓ ਸਾਡੇ ਇੰਗਲੈਂਡ ਵਿੱਚ ਵੀ ਬਹੁਤ ਪੁਰਾਣੇ ਆਇਓ ਜਿਹੜੇ ਪੁਰਾਣੇ ਲੋਕੀ ਇੱਥੇ ਤਕਰੀਬਨ ਆਏ ਸੀ ਉਹ ਤਾਂ ਬੇਚਾਰੇ ਅਨਪੜ੍ਹ ਹੁੰਦੇ ਸੀਗੇ ਫੈਕਟਰੀਆਂ ਫੋਟੀਆਂ ਵਿੱਚ ਕੰਮ ਕਰਦੇ ਸੀਗੇ ਸਾਰੀ ਉਮਰ ਉਹਨਾਂ ਨੇ ਕੰਮ ਕੀਤਾ ਹੁੰਦਾ ਜੀ ਔਰ ਕੋਈ ਇੰਜੋਏ ਨਹੀਂ ਕੀਤੀ ਆਪਣੇ ਧੀਆਂ ਪੁੱਤਰਾਂ ਲਈ ਉਹ
काम करते रहे। ਯਾਨੀ ਆਪ ਕੋਈ ਇੰਜੋਏ ਨਹੀਂ ਕੀਤੀ ਹੁਣ ਮੈਂ ਤੁਹਾਨੂੰ ਸ਼ੁਕਲੀ ਦੀ ਦੱਸਦਾ ਮੈਨੂੰ ਯਾਦ ਆ ਗਈ ਆ ਮੁੰਡਾ ਮੇਰਾ ਇੱਕ ਦੋਸਤ ਆ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਮੇਰੇ ਦਿਮਾਗ ਚ ਲਾਈਨ ਆਈ ਆ ਵੀ ਉਹ ਤੇ ਗੀਤ ਲਿਖ ਅੱਛਾ ਮੈਂ ਕਿਹਾ ਦੱਸ ਕੀ ਕਹਿੰਦਾ ਲਾਈਨ ਆਈ ਆ ਵੀ ਜੋੜ 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 ਤੇਰੇ ਖਾਣੇ ਵਾਲੇ ਹੋਰ ਜੀ ਅੱਛਾ ਮੈਂ ਕਿਹਾ ਗੱਲ ਤਾਂ ਤੇਰੀ ਠੀਕ ਹੈ ਵੀ ਜੋੜ ਨਾ ਬੰਦੇ ਆਦਮੀ ਨੇ ਖਾਣਾ ਧੀਆਂ ਪੁੱਤਰਾਂ ਨੇ ਆ ਫਿਰ ਮੇਰੇ ਦਿਮਾਗ ਚ ਮੈਂ ਕਿਹਾ ਵੀ ਚੱਲ ਠੀਕ ਮੈਂ ਲਿਖ ਦੇਣਾ ਕਹਿੰਦਾ ਮੈਨੂੰ ਜ਼ਰੂਰ ਲਿਖ ਕੇ ਦੇ ਮੈਂ ਤੈਨੂੰ ਥੋੜ੍ਹਾ ਜਿਹਾ ਸੁਣਾਉਣਾ ਕਹਿੰਦਾ ਜੋੜ 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 ਤੇਰੇ ਖਾਣੇ ਵਾਲੇ ਹੋਰ ਉਮਰਾਂ ਦੀ ਤੇਰੀ ਕਮਾਈ ਪਲ ਵਿੱਚ ਦੇਣਗੇ ਰੋੜ ਜੋੜ 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 ਤੇਰੇ ਖਾਣੇ ਵਾਲੇ ਹੋਰ ਕਹਿੰਦਾ ਨਾ ਤੂੰ ਚੰਗਾ ਪਹਿਨ ਕੇ ਦੇਖਿਆ ਨਾ ਦੇਖਿਆ ਤੂੰ ਖਾ ਕੇ ਕੰਮ ਕੰਮ ਇਹ ਕਰਦਾ ਰਿਹਾ ਨਾ ਦੇਖਿਆ ਆਲਰੇਡੀ ਜਾ ਕੇ ਹੈਨੀ ਹੈਨੀ ਕਰਦਾ ਰਹਿੰਦਾ ਜੋੜ ਕੇ ਰੱਖ ਲੱਖ ਕਰੋੜ ਜੋੜ 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 ਤੇਰੇ ਖਾਣੇ ਵਾਲੇ ਹੋਰ ਜਿਹੜੇ ਪੁਰਾਣੇ ਬੰਦੇ ਸੀ ਉਹ ਇੱਥੋਂ ਜਾ ਕੇ ਸਾਰੀ ਉਮਰ ਇੱਥੇ ਕਮਾਈ ਕਰਦੇ ਨੇ ਇੰਡੀਆ ਜਾ ਕੇ ਵੱਡੀ ਵੱਡੀ ਕੋਠੀਆਂ ਪਾ ਲਈਆਂ ਜੀ ਬਿਲਕੁਲ ਕੋਠੀਆਂ ਪਾ ਲਈਆਂ ਤੇ ਰਹਿੰਦੇ ਇੰਗਲੈਂਡ ਜਾਂ ਕੈਨੇਡਾ ਦੇ ਵਿੱਚ ਉਹਨੇ ਸਾਲ ਦੇ ਵਿੱਚ ਦੋ ਜਾਂ ਤਿੰਨ ਹਫ਼ਤੇ ਜਾਣਾ ਉੱਥੇ ਰਹਿਣਾ ਬਾਕੀ ਸਾਰਾ ਸਾਲ ਕੋਠੀ ਖਾ ਲਈ ਜਾਂ ਭਈਆਂ ਨੂੰ ਦੇਣੀ ਭਈਏ ਬੇਚਾਰੇ ਉੱਥੇ ਰਹਿੰਦੇ ਕੋਠੀਆਂ ਚ ਤੇ ਮੇਰੇ ਦਿਮਾਗ ਚ ਚਾਹ ਵੀ ਮੈਂ ਕਿਹਾ ਅੰਤਰਾ ਇਹਨਾਂ ਤੇ ਲਿਖਦਾ ਉਹਨੇ ਲਿਖਿਆ ਸੀ ਵੀ ਇੰਡੀਆ ਜਾ ਕੇ ਕੋਠੀ ਪਾ ਲਈ ਵਿੱਚ ਬਿਠਾ ਤੇ ਭਈਏ ਇੰਡੀਆ ਜਾ ਕੇ ਕੋਠੀ ਪਾ ਲਈ ਵਿੱਚ ਬਿਠਾ ਤੇ ਭਈਏ ਭਈਏ ਕਹਿੰਦੇ ਏ ਸੀ ਐਨੀ ਛੇਤੀ ਭੇਜੇ ਰੁਪਈਏ ਕਹਿੰਦਾ ਨਿਕਲਦੇ ਨੇ ਭਈਏ ਹੁਣ ਤੇ ਲਾ ਲੈ ਸਾਰਾ ਜ਼ੋਰ 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 ਖਾਣੇ ਵਾਲੇ ਹੋ ਇਹ ਬਿਲਕੁਲ ਸਹੀ ਗੱਲ ਹੈ ਜੀ 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 ਲਿਖਿਆ ਸੀ ਵੀ ਪੈਸੇ ਨਾਲ ਰੱਜਿਆ ਕੋਈ ਨਾ ਹੀ ਕਿਸੇ ਨੇ ਰੱਜਣਾ ਸਹੀ ਹੈ ਪੈਸੇ ਨਾਲ ਨਾ ਰੱਜਿਆ ਕੋਈ ਨਾ ਹੀ ਕਿਸੇ ਨੇ ਰੱਜਣਾ ਇੱਕ ਦਿਨ ਤਾਂ ਆਖਰ ਬੰਦੇ ਦਾ ਬਾਜਾ ਤੇਰਾ ਵੱਜਣਾ ਨਾ ਧੋ ਕੇ ਤੇਰੇ ਟਾਈ ਲਾ ਕੇ ਹੁਣ ਬੰਦੇ ਨਾਲ ਆ ਧੋ ਕੇ ਨਾ ਕਹਿੰਦੇ ਡੈਡੀ ਸਾਰਾ ਨੀਲੇ ਰੰਗ ਦੀ ਟਾਈ ਬਹੁਤ ਲਾਈਕ ਕਰਦਾ ਸੀ ਨੀਲੇ ਦੀ ਲਾਵਟ ਨਹਾ ਧੋ ਕੇ ਤੇਰੇ ਟਾਈ ਲਾ ਕੇ ਇਹ ਦੇਵਣਗੇ ਤੋਰ ਜ਼ੋਰ 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 ਤੇਰੇ ਬਹੁਤ ਵਧੀਆ ਰਿਐਲਿਟੀ ਕੰਗ ਸਾਹਿਬ ਤੁਸੀਂ ਬਿਆਨ ਕਰਤੀ ਬਿਲਕੁਲ ਹੀ ਰਿਐਲਿਟੀ ਹੈ ਜੋ ਜੋ ਹੁੰਦਾ ਹੋਈ ਹੀ ਆ ਨਹੀਂ ਨਹੀਂ ਸੱਚੀ ਗੱਲ ਆ ਬੜਾ ਮਜ਼ਾ ਆ ਰਿਹਾ ਗੱਲਾਂ ਬਾਤਾਂ ਕਰਨ ਦਾ ਤੁਹਾਡੇ ਨਾਲ ਅਤੇ ਦੇਰ ਬਾਅਦ ਮੈਂ ਵੀ ਤੁਹਾਡੀ ਆਵਾਜ਼ ਸੁਣੀ ਮੇਰੇ ਬਹੁਤ ਸਾਰੇ ਮੈਨੂੰ ਲੱਗਦਾ ਹਜ਼ਾਰਾਂ ਜਿੰਨੇ ਵੀ ਦੋਸਤ ਇਸ ਵਕਤ ਸੁਣ ਰਹੇ ਨੇ ਉਹ ਵੀ ਆਵਾਜ਼ ਸੁਣ ਕੇ ਖੁਸ਼ ਹੋ ਰਹੇ ਹੋਣਗੇ ਖਾਸ ਕਰਕੇ ਜਿਹੜੇ ਇੰਗਲੈਂਡ ਵਾਲੇ ਨੇ ਜਿਹੜੇ ਇੱਥੇ ਆਏ ਨੇ ਮੈਨੂੰ ਬਹੁਤ ਸਾਰੇ ਮੈਸੇਜ ਚੱਲ ਰਹੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਟਾਈਮ ਹੋਰ ਜ਼ਿਆਦਾ ਨਹੀਂ ਲੇਕਿਨ ਗੱਲ ਕਰਕੇ ਮੈਨੂੰ ਵਧੀਆ ਲੱਗਾ ਅਤੇ ਤੁਹਾਡੀ ਹੋਰ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਅਤੇ ਤੁਸੀਂ ਹੋਰ ਤੁਹਾਡੀ ਪਰਮਾਤਮਾ ਲੰਮੀ ਉਮਰ ਕਰੇ ਕਿਉਂਕਿ ਤੁਸੀਂ ਸਾਡੇ ਇੱਕ ਸੱਚੇ ਸੁੱਚੇ ਇੱਦਾਂ ਦੇ ਪੰਜਾਬੀ ਦੇ ਆਰਟਿਸਟ ਹੋ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਅਤੇ ਬਹੁਤ ਇਮਾਨਦਾਰ ਤਰੀਕੇ ਦੇ ਨਾਲ ਚੰਗਾ ਕੰਮ ਕੀਤਾ ਔਰ ਚੰਗੇ ਕੰਮ ਦੀ ਸ਼ਲਾਘਾ ਅਸੀਂ ਬਾਰ ਬਾਰ ਕਰਦੇ ਨਹੀਂ ਥੱਕਾਂਗੇ ਕੰਗ ਸਾਹਿਬ ਪੰਜਾਬੀ ਬੀਟਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬੁਲਾ ਕੇ ਆਵਾਜ਼ ਰਾਹੀਂ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਸਾਰੇ ਕੈਲਗਰੀ ਦੇ ਜਿੰਨੇ ਪੰਜਾਬੀ ਵੀਰ ਆ ਆਲੇ ਦੁਆਲੇ ਜਿੰਨੇ ਵੀ ਸੁਣਦੇ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ ਸਾਰਿਆਂ ਨੂੰ ਥੈਂਕ ਕਰਦਾ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਗੰਗ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਏਐਸ ਕੰਗ ਸਾਹਿਬ ਦੇ ਨਾਲ ਕਿੱਦਾਂ ਦੀ ਲੱਗੀ ਅੱਜ ਦੀ ਗੱਲਬਾਤ ਜ਼ਰੂਰ ਦੱਸਿਓ ਜੀ ਵਧੀਆ ਲੱਗਦਾ ਇੱਦਾਂ ਦੇ ਕਲਾਕਾਰਾਂ ਦੇ ਨਾਲ ਗੱਲ ਕਰਕੇ ਅਸੀਂ ਵੀ ਛੋਟੇ ਹੁੰਦੇ ਜਦੋਂ ਛੋਟੇ ਛੋਟੇ ਹੁੰਦੇ ਸੀ ਤਾਂ ਕੰਗ ਸਾਹਿਬ ਦੇ ਗੀਤ ਸੁਣਦੇ ਸੀ ਅਤੇ ਕੁਝ ਧੁਨਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਮੇਸ਼ਾ ਚਾਹੇ ਉਹ ਪੁਰਾਣੀਆਂ ਹੋ ਜਾਣ ਲੇਕਿਨ ਪੁਰਾਣੀਆਂ ਹੁੰਦੀਆਂ ਨਹੀਂ ਪੁਰਾਣਾ ਸੋਹਣਾ ਕਹਿੰਦੇ ਜਿੰਨਾ ਮਰਜ਼ੀ ਪੁਰਾਣਾ ਹੋ ਜਾਏ ਲੇਕਿਨ ਪੁਰਾਣਾ ਨਹੀਂ ਹੁੰਦਾ ਸੋ ਵੇਲਾ ਹੋ ਗਿਆ ਜੀ ਇਸ ਵਕਤ ਕੰਟੈਸਟ ਦਾ ਤਿਆਰ ਹੋ ਜਾਓ ਕਿਉਂਕਿ ਇੱਕ ਬਹੁਤ ਸੌਖਾ ਜਿਹਾ ਸਵਾਲ ਇੰਟਰਵਿਊ ਦੇ ਵਿੱਚ ਸਟਾਰਟਿੰਗ ਦੇ ਵਿੱਚ ਜ਼ਿਕਰ ਹੋਇਆ ਸੀ ਕੰਗ ਸਾਹਿਬ ਨੇ ਕਿਹਾ ਸੀ ਕਿ ਪਹਿਲਾ ਗੀਤ ਉਹਨਾਂ ਨੇ ਆਹ ਵਾਲਾ ਇੱਕ ਫਲਾਂ ਗੀਤ ਲਿਖਿਆ ਸੀ ਉਹ ਗੀਤ ਤੁਸੀਂ ਲਿਖ ਕੇ ਦੱਸਣਾ ਮੈਨੂੰ ਕਿ ਕਿਹੜਾ ਗੀਤ ਸੀ ਜਿਹੜਾ ਸਭ ਤੋਂ ਪਹਿਲਾ ਗੀਤ ਕੰਗ ਸਾਹਿਬ ਨੇ ਆਪ ਲਿਖਿਆ ਸੀ ਅਤੇ ਤੁਸੀਂ ਜਿੱਤ ਸਕਦੇ ਹੋ $50 ਦਾ ਗਿਫਟ ਕਾਰਡ ਸਾਂਝਾ ਪੰਜਾਬ ਗਰੋਸਰੀ ਸਟੋਰ ਵੱਲੋਂ ਸਪੋਂਸਰ ਕੀਤਾ ਹੋਇਆ ਫੇਸਬੁੱਕ ਲਾਈਵ 'ਤੇ ਜਾ ਕੇ ਆਪਣਾ ਜਵਾਬ ਆਪਣੇ ਨਾਮ ਦੇ ਨਾਲ ਦਿਓ ਅਤੇ ਟੈਕਸਟ ਮੈਸੇਜ ਦੇ ਜ਼ਰੀਏ ਵੀ ਇਹ ਜਵਾਬ ਤੁਸੀਂ ਮੇਰੇ ਤੱਕ ਭੇਜ ਸਕਦੇ ਹੋ ਏਐਸ ਕੰਗ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ ਕਿਹੜਾ ਲਿਖਿਆ ਸੀ ਅਗਰ ਤੁਸੀਂ ਇੰਟਰਵਿਊ ਧਿਆਨ ਨਾਲ ਸੁਣਿਆ ਹੈ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਇਸ ਵਕਤ ਮੇਰੀ ਸਕਰੀਨ 'ਤੇ ਜਿਹੜੇ ਜਵਾਬ ਨੇ ਜੀ ਉਹ ਚੱਲਣ ਲੱਗ ਪਏ ਨੇ ਬਹੁਤ ਸਾਰੇ ਦੋਸਤ ਮੈਨੂੰ ਜਵਾਬ ਆਪਣਾ ਭੇਜ ਰਹੇ ਨੇ ਲੇਕਿਨ ਹਜੇ ਤੱਕ ਸਹੀ ਜਵਾਬ ਮੈਨੂੰ ਜਿਹੜਾ ਹੈ ਉਹ ਨਹੀਂ ਮਿਲਿਆ ਜੀ ਸੋ
ਪਹਿਲਾ ਗੀਤ ਕੰਗ ਸਾਹਿਬ ਦਾ ਸਹੀ ਗੀਤ ਜਿਹੜਾ ਉਹਨਾਂ ਨੇ ਆਪ ਲਿਖਿਆ ਸੀ ਉਹ ਕਿਹੜਾ ਸੀ? ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੋਸਤਾਂ ਨੂੰ ਪ੍ਰੋਗਰਾਮ ਪਸੰਦ ਆਇਆ। ਨਹੀਂ ਜੀ ਬਿਲਕੁਲ ਨਹੀਂ, ਇੱਕ ਜਵਾਬ ਮੈਨੂੰ ਹਜੇ ਤੱਕ ਸਹੀ ਮਿਲਿਆ ਹੈ, ਬਾਕੀ ਜਵਾਬ ਜਿਹੜੇ ਨੇ ਮੈਨੂੰ ਲੱਗਦਾ ਤੁਸੀਂ ਤੁੱਕਾ ਲਾ ਰਹੇ, ਤੁਸੀਂ ਸ਼ਾਇਦ ਇੰਟਰਵਿਊ ਨਹੀਂ ਸੁਣੀ। ਜੇ ਨਹੀਂ ਸੁਣੀ ਇੰਟਰਵਿਊ ਤਾਂ ਫਿਰ ਤੁਹਾਨੂੰ ਸ਼ਾਇਦ, ਕਿਉਂਕਿ ਸਟਾਰਟਿੰਗ ਦੇ ਵਿੱਚ ਸੀ ਕਿ ਕੰਗ ਸਾਹਿਬ ਨੇ ਪਹਿਲਾ ਗੀਤ ਜਿਹੜਾ ਸੀ ਆਪ ਕਿਹੜਾ ਲਿਖਿਆ ਸੀ। ਸੋ ਟਾਈਮ ਸਾਡੇ ਕੋਲ ਜ਼ਿਆਦਾ ਨਹੀਂ ਹੈ, ਕੁਝ ਇੱਕ ਹੋਰ ਸੈਕਿੰਡਸ ਨੇ ਅਤੇ ਮੈਂ ਫਿਰ ਕੰਪਿਊਟਰ ਨੂੰ ਕਹਾਂਗਾ ਕਿ ਜਿੰਨੇ ਵੀ ਸਹੀ ਜਵਾਬ ਆਏ ਨੇ। ਲਓ ਜੀ, ਹੋਰ 4-5 ਹੋਰ ਸਹੀ ਜਵਾਬ ਆ ਗਏ ਨੇ ਅਤੇ ਉਹਦਾ ਜਵਾਬ ਜਿਹੜਾ ਉਹਦੇ ਵਿੱਚੋਂ ਅਸੀਂ ਇੱਕ ਸਹੀ ਵਿਨਰ ਚੁਣਾਂਗੇ ਜੀ। ਥੋੜ੍ਹਾ ਜਿਹਾ ਹੋਰ ਇੰਤਜ਼ਾਰ। ਚਲੋ ਜੀ, ਟਾਈਮ ਜਿਹੜਾ ਹੈ ਹੁਣ ਆਪੋ ਹੋਣ ਵਾਲਾ ਹੈ ਅਤੇ ਪਹੁੰਚੇ ਨੇ ਉਹਦੇ ਵਿੱਚੋਂ ਘੱਟ ਸਹੀ ਆਂਸਰ ਪਹੁੰਚੇ ਨੇ। ਜਗਦੇਵ ਅਠਵਾਲ ਹੋਣਾ ਨੇ ਇਹਦਾ ਸਹੀ ਜਵਾਬ ਦਿੱਤਾ ਹੈ, ਤੇਰਿਆਂ ਗੁਲਾਬੀ ਬੁੱਲਾਂ ਲੁੱਟਿਆ ਜਹਾਨ ਨੇ। ਇਹ ਪਹਿਲਾ ਗੀਤ ਸੀ ਕੰਗ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਆਪ ਲਿਖਿਆ ਸੀ ਕਿਸੇ ਤੋਂ ਪ੍ਰੇਰਿਤ ਹੋ ਕੇ। ਸੋ ਜਗਦੇਵ ਅਠਵਾਲ ਹੋਣਾ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ। Congratulations, you just won a $50 gift card. ਅਠਵਾਲ ਸਾਹਿਬ ਬਿਲਕੁਲ ਸਹੀ ਜਵਾਬ। ਕੁਝ ਇੱਕ ਮੇਰੇ ਦੋਸਤਾਂ ਨੇ ਹੋਰ ਵੀ ਸਹੀ ਜਵਾਬ ਦਿੱਤੇ ਨੇ। ਸੋ ਇਹ ਗੀਤ ਸੀ ਪਹਿਲਾ ਗੀਤ ਅਤੇ $50 ਦਾ ਗਿਫਟ ਕਾਰਡ ਤੁਹਾਡੇ ਨਾਮ ਹੋ ਗਿਆ। ਸਾਡੇ ਸਟੂਡੀਓ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਮੂ ਨਾਗਰ ਹੁਣੀ ਤੁਹਾਨੂੰ ਦੱਸ ਦੇਣ ਕਿ ਤੁਸੀਂ ਇਹ ਵਾਲਾ $50 ਦਾ ਗਿਫਟ ਕਾਰਡ ਕਦੋਂ ਚੱਕ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਆਪ ਸਭ ਦੋਸਤਾਂ ਦਾ ਜੀ। ਇੱਥੇ ਹੀ ਵਾਇੰਡ ਅਪ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਉਂਦਾ। ਜ਼ਰੂਰ ਦੱਸਿਓ ਕਿ ਅੱਜ ਦਾ ਜਿਹੜਾ ਕੰਗ ਸਾਹਿਬ ਦੇ ਨਾਲ ਇੰਟਰਵਿਊ ਸੀ, ਮੈਂ ਘੱਟੋ ਘੱਟ 7-8 ਮਹੀਨੇ ਇੰਤਜ਼ਾਰ ਕੀਤਾ ਸੀ, ਕਿੱਦਾਂ ਦਾ ਲੱਗਾ? ਇੱਕ ਛੋਟੀ ਜਿਹੀ ਬ੍ਰੇਕ ਅਤੇ ਵਾਪਸ ਆਉਂਦੇ ਹਾਂ। ਹੋਰ ਹੈ Red FM।